ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਕਰਨੋ ਨਿਧਾ ਵਹਿ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਗਲੇਲਾਂ ਮਾਰ ਕੇ ਘੜੇ ਭੰਨਣ ਵਾਲੇ ਚੋਜੀ ਪ੍ਰੀਤਮ ਜੀ ਗਾਗਰਾ ਵਿੱਚੋਂ ਦੀ ਤੀਰਾਂ ਨਾਲ ਗਾਗਰਾ ਬਿਨਤੀ ਹੈ ਤੁਸੀਂ ਚੋਜੀ ਪ੍ਰੀਤਮ ਜੀ ਕੰਗਣ ਬਗਾਹ ਮਾਰਿਆ ਗੰਗਾ 'ਚ ਚੋਜੀ ਪ੍ਰੀਤਮ ਜੀ ਕਲਗੀਆਂ ਵਾਲੇ ਪਾਤਸ਼ਾਹ ਰਾਜਿਆਂ ਨੂੰ ਚੈਲੰਜ ਕਰਨ ਵਾਸਤੇ ਤੁਸੀਂ ਕਲਗੀ ਲਾਈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਮਧੁਰ ਦੇਸ਼ ਵਿੱਚ ਆ ਕੇ ਅੰਮ੍ਰਿਤ ਦੀਆਂ ਦਾਤਾਂ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ ਸਰਵੰਸ ਦਾ ਨੀ ਪਿਤਾ ਜੀਓ ਟੁੱਟੀ ਗੰਢਣਹਾਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਸਭ ਥਾਈ ਹੋਈ ਸਹਾਏ ਦਸੋ ਪਾਤਸ਼ਾਹ ਹੋ ਕੇ ਆਤਮਕ ਸਰੂਪ ਚਵਰ ਛਾਤਰ ਤਾਕਤ 'ਤੇ ਵਿਰਾਜਮਾਨ ਜੁਗੋ ਜੁਗ ਅਟਲ ਪੋਥੀ ਪਰਮੇਸ਼ਰ ਜੀ ਕੇ ਦਾਨ ਸੱਚੇ ਪਾਤਸ਼ਾਹ ਜੀਆਂ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਦਰ ਖਾਲਸਾ ਜੀ ਬੋਲੋ ਜੀ ਚਾਲੀ ਉੱਤੇ ਅਠੀ ਜਪੀ ਤਪੀ ਸ਼ਹੀਦ ਮਰੀਦ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਆਪ ਜੀ ਦਾ ਨਾਮ ਜਪਿਆ ਵੰਡ ਕਰਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਤਿਗੁਰੂ ਜੀ ਦੇਖ ਕੇ ਅਣਡਿੱਠ ਕੀਤਾ ਦੇਖ ਕੇ ਅਣਡਿੱਠ ਕੀਤਾ ਅਸੀਂ ਸੁਣ ਕੇ ਕੁਝ ਦਾ ਕੁਝ ਬਣਾ ਦਿੰਦੇ ਹਾਂ ਗੁਰੂ ਬਾਪੂ ਜੀ ਧੰਨ ਹੋ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਆਪਣੇ ਛੋਟੇ ਛੋਟੇ ਬੱਚਿਆਂ ਦੇ ਟੋਡੇ ਟੋਡੇ ਕਰਵਾ ਗਲਾਂ 'ਚ ਹਾਰ ਪਵਾਏ ਨੇਜਿਆਂ 'ਤੇ ਟੰਗੇ ਵੇਖੇ ਸਿਦਕ ਨਾ ਹਾਰਿਆ ਤੇਰਾ ਪਾਣਾ ਮਿੱਠਾ ਕਰਕੇ ਮੰਨਿਆ ਤਾਨੋ ਮਾਤਾਵਾਂ ਭੈਣਾਂ ਜਿਨ੍ਹਾਂ ਨੇ ਪਤੀ ਵਰਤਾ ਧਰਮ ਤੋੜ ਨਿਭਾਇਆ ਧੰਨ ਆਪ ਜੀ ਦੇ ਪਿਆਰੇ ਲਾਲ ਸ਼ਾਹਵਾਸ ਸਿੰਘ ਸ਼ਵੇਕ ਸਿੰਘ ਜੀ ਚਰਕੜੀ 'ਤੇ ਚਾੜ੍ਹਤੇ ਤੁੰਬਾ ਤੁੰਬਾ ਕਰਕੇ ਉਡਾ ਦਿੱਤੇ ਗਏ ਆਰੇ ਨਾਲ ਚਿਰੇ ਗਏ ਲਾਲ ਤੇਰੇ ਬੰਦ ਬੰਦ ਕੱਟੇ ਗਏ ਅੱਜ ਤੱਕ ਦੇ ਆਪ ਜੀ ਨੂੰ ਸਾਰੇ ਹੀ ਪ੍ਰਵਾਨ ਚੜ੍ਹੇ ਹੋਏ ਮਰ ਜੀਵੜਿਆਂ ਦੀ ਕਮਾਈ ਦਾ ਧਿਆਨ ਧਰਦੇ ਹੋਏ ਖਾਲਸਾ ਜੀ ਬੋਲੋ ਜੀ ਪੰਜ ਤਖ਼ਤ ਸਮੂਹ ਗੁਰਦੁਆਰਾ ਸਾਹਿਬਾਨ ਜੀ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸੇ ਜੀ ਦੀ ਅਰਦਾਸ ਹੈ ਗੁਰੂ ਪਿਤਾ ਜੀਓ ਸਰਬੱਤ ਖਾਲਸੇ ਜੀ ਨੂੰ ਵਾਹਿਗੁਰੂ 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 ਨਾਮ ਚਿੱਤ ਆਵੇ ਸੱਚੇ ਪਾਤਸ਼ਾਹ ਕਿਰਪਾ ਕਰੋ ਚਿੱਤ ਵਿੱਚ ਦੂਜੇ ਦੇ ਪ੍ਰਤੀ ਜੈਲਸੀ ਈਰਖਾ ਤੇਰਾ ਸਿੱਖ ਬਣ ਕੇ ਆਵੇ ਸੱਚੇ ਪਾਤਸ਼ਾਹ ਚਿੱਤ ਵਿੱਚ ਤੁਸੀਂ ਵੱਸੋ ਜੀ ਤੁਸੀਂ ਚਿੱਤ ਵਿੱਚ ਰਹੋ ਮਹਾਰਾਜ ਜੀ ਕਿਸੇ ਨਾਲ ਈਰਖਾ ਦਵੈ ਸਾੜਾ ਨਾ ਹੋਵੇ ਤੁਸੀਂ ਚਿੱਤ ਵਿੱਚ ਵੱਸੋ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਉਣ ਦਾ ਸਦਕਾ ਸਰਵ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਹਮਰੋ ਸੁਭਾਅ ਸਦਾ ਸਦ ਭੁੱਲਣ ਤੁਮਰੋ ਬਿਰਧ ਪਤ ਤੋਂ ਉਧਰਨ ਤੁਸੀਂ ਪੈਜ ਰੱਖਣੀ ਮਹਾਰਾਜ ਜੀ ਆਪਣੇ ਬਿਰਧ ਬਾਣੀ ਦੀ ਲਾਜ ਰੱਖਣੀ ਜੀ ਬਿਰਧ ਕੀ ਪੈਜ ਪੰਥ ਕੀ ਜੀਤ ਆਪ ਜੀ ਦੇ ਖਾਲਸਾ ਜੀ ਦੇ ਬੋਲਬਾਲੇ ਹੋਣ ਬੋਲੋ ਜੀ ਬਖਸ਼ੋ ਦਾਤਾਰ ਜੀ ਪਿਆਰੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈ ਜੈਕਾਰ ਹੋਵੇ ਬੋਲੋ ਜੀ ਬਖਸ਼ ਦਿਓ ਗੁਰੂ ਪਿਤਾ ਜੀ ਸਰਬੱਤ ਸੰਗਤ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾਤੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਬੇਅੰਤ ਗੁਰਧਾਮ ਜਿਨ੍ਹਾਂ ਤੋਂ ਅਸੀਂ ਵਿਛੜ ਗਏ ਹਾਂ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ 'ਤੇ ਸਰਬੱਤ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਪਿਆਰ ਵਾਲੇ ਭਗਤੀ ਵਾਲੇ ਖਾਲਸਾ ਜੀ ਨੂੰ ਬਖਸ਼ੋ ਸੱਚੇ ਪਾਤਸ਼ਾਹ ਜੀ ਤਾਂ ਕਿ ਆਪ ਜੀ ਦੇ ਦਰਬਾਰ ਵਿੱਚ ਆਪ ਜੀ ਦੀ ਤੁਰਕੀ ਬਾਣੀ ਆਇਓ ਸੁਣਨ ਪੜ੍ਹਨ ਕੋ ਬਾਣੀ ਇੱਥੇ ਪੜ੍ਹਨ ਵਾਲਿਆਂ ਦੀਆਂ ਭੀੜਾਂ ਲੱਗੀਆਂ ਰਹਿਣ ਤੁਸੀਂ ਜਾਹਰ ਪੀਰ ਜਗਤਗੁਰ ਬਾਬਾ ਜੀ ਹੋ ਸੱਚੇ ਪਾਤਸ਼ਾਹ ਸਾਰੇ ਜਗਤ ਨੂੰ ਕਲਾ ਵਿੱਚ ਤੁਸਾਂ ਲੈਣਾ ਹੈ ਕਿਰਪਾ ਕਰੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਵਜ਼ੀਰਾਂ ਨੂੰ ਆਪਣੇ ਦਰਬਾਰਾਂ ਦੀਆਂ ਹਾਜ਼ਰੀਆਂ ਸੇਵਾਵਾਂ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਸੱਚੇ ਆਸਰੇ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ
ਬੇਅੰਤ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਸਾਲਾਨਾ ਸਮਾਗਮ ਆਪ ਜੀ ਨੇ ਜੋ ਬੰਬਈ ਦੀ ਸੰਗਤ ਨੂੰ ਬਖਸ਼ੇ ਹਨ। ਆਪ ਕਿਰਪਾ ਕਰਕੇ ਤਰਸ ਕਰਕੇ ਸੱਚੇ ਪਾਤਸ਼ਾਹ ਇੱਕ ਲਾਸ਼ ਦੀਵਾਨ ਰਹਿ ਗਿਆ ਹੈ ਰਾਤ ਦੀ ਰਹਿਣ ਸਵਾਈ। ਤੁਸੀਂ ਤਰਸ ਕਰਿਆ ਅੱਜ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਤਰਸ ਕਰਕੇ ਨਵਾਜਿਆ ਹੈ ਸੱਚੇ ਪਾਤਸ਼ਾਹ ਜੀ। ਉਹ ਹੋਰ ਬਾਣੀ ਪੜ੍ਹੀ ਸੁਣੀ ਗਈ ਹੈ ਬੇਅੰਤ ਪ੍ਰਕਾਰੀ ਆਪ ਜੀ ਦੇ ਬੱਚਿਆਂ ਨੇ ਹਾਜ਼ਰੀਆਂ ਭਰੀਆਂ ਹਨ। ਗੁਰੂ ਪਿਤਾ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਗਾਧ ਬੋਧ ਬਾਣੀ ਆ। ਅਸੀਂ ਅਲਪਗ ਜੀਵ ਹਾਂ, ਬੱਚੇ ਹਾਂ, ਇਆਣੇ ਹਾਂ। ਆਪ ਜੀ ਸਤਿਗੁਰ ਪਾਤਾ ਜੀ ਹੋ, ਤੁਸੀਂ ਉਪਦੇਸ਼ ਦੇ ਕੇ ਸਿਆਣੇ ਬਣਾਉਣਾ ਹੈ। ਗੁਰੂ ਜੀ ਤੁਸੀਂ ਸਿਆਣੇ ਬਣਾ ਲੈਣਾ ਮਹਾਰਾਜ ਸੱਚੇ ਪਾਤਸ਼ਾਹ। ਬੜਾ ਹੀ ਤਰਸ ਕਰਕੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਨੂੰ ਇਕੱਤਰਤਾ ਬਖਸ਼ ਕੇ ਆਪਣੇ ਚਰਨਾਂ ਦੀ ਧੂੜ ਵਿੱਚ ਨਵਾਜਿਆ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਇਹ ਮਨੁੱਖਾ ਜਨਮ ਨੂੰ ਸਫਲ ਆਪ ਜੀ ਦੀ ਤਰਸ ਭਰੀ ਨਜ਼ਰ ਦਾ ਸਦਕਾ ਕਰਨ ਵਾਸਤੇ ਆਪ ਜੀ ਦੀ ਪਿਆਰੀ ਸੰਗਤ ਦੇ ਵਿੱਚ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਮਿਲੋਈ ਹੈ। ਗੁਰੂ ਪਾਤਸ਼ਾਹ ਜੀ ਆਪ ਜੀ ਦੀ ਚਰਨ ਧੂੜ ਨੂੰ ਕਬੂਲਣ ਵਾਸਤੇ ਦੂਰ ਦਰੇਡੇ ਤੋਂ ਸੰਗਤਾਂ ਨੇ ਆਪ ਜੀ ਦੀ ਹਾਜ਼ਰੀ ਭਰੀ ਹੈ। ਤਰਸ ਕਰਨਾ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਦੀਆਂ ਜਿਹੜੀਆਂ ਸੰਗਤਾਂ ਨੂੰ ਉਦਮ ਮਤ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਸਾਰਿਆਂ ਨੂੰ ਸੱਚੇ ਪਾਤਸ਼ਾਹ ਇੰਨਾ ਚਾਅ ਲਾਓ ਸਾਰੇ ਆਪ ਜੀ ਦੇ ਸੱਚੇ ਰੰਗ ਵਿੱਚ ਰੰਗੇ ਜਾਈਏ, ਆਪ ਜੀ ਦੇ ਪਿਆਰ ਵਿੱਚ ਭਿੱਜ ਜਾਈਏ। ਸੱਚੇ ਪਾਤਸ਼ਾਹ ਜੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਕਿਰਪਾ ਕਰੋ ਤੁਹਾਡੇ ਰੰਗ ਵਿੱਚ ਰੰਗੇ ਜਾਈਏ, ਤੁਹਾਡੀ ਸੱਚੀ ਆਸ਼ਕੀ ਹਕੀਕੀ ਹਕੀਕਤ ਦੀ ਆਸ਼ਕੀ ਆਪ ਜੀ ਦੀ ਮਿਲ ਜਾਵੇ। ਗੁਰੂ ਸਾਹਿਬ ਜੀ ਉਹ ਸੱਚੇ ਪਾਤਸ਼ਾਹ ਹੈ, ਤੁਸੀਂ ਹੁਰਮਤ ਅਤੇ ਇਸ ਨੂੰ ਅਗਲੀ ਦੇ ਕੇ ਨਵਾਜੋ। ਕਿਰਪਾ ਕਰੋ ਸਾਰੀ ਸੰਗਤ 'ਤੇ ਤਰਸ ਕਰਨਾ, ਰਹਿੰਦੇ ਸਮਾਗਮ ਚੜ੍ਹਦੀ ਕਲਾ 'ਚ ਆਪ ਕਰਵਾਉਣੇ, ਸਾਰੇ ਵੀਰਾਂ ਭੈਣਾਂ ਦੀ ਰਸਨਾ 'ਤੇ ਆਪ ਵਸਣਾ, ਜਿਨ੍ਹਾਂ ਨੂੰ ਪ੍ਰਬੰਧਕ ਕੀਰਤਨ ਦੀਆਂ ਹਾਜ਼ਰੀਆਂ ਦੇ ਵਿੱਚ ਹੁਣ ਅੱਜ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ 'ਚ ਨਹੀਂ ਸੇਵਾਵਾਂ ਦੇ ਸਕੇ, ਉਹ ਵੀਰ ਭੈਣ ਕਦੇ ਸ਼ਿਕਵਾ ਨਾ ਕਰਨ। ਗੁਰੂ ਜੀ ਤੁਸੀਂ ਹਾਜ਼ਰੀ ਉਹਨਾਂ ਦੀ ਲਾ ਲਈ ਇੱਥੇ ਬਿਠਾ ਕੇ, ਤੁਸੀਂ ਕਿਰਪਾ ਕਰਿਓ ਮਹਾਰਾਜ ਜੀ ਉਹਨਾਂ ਦੇ ਅੰਦਰ ਤੁਸੀਂ ਵਰਤੋ। ਜਿਵੇਂ ਗੁਰੂ ਅਰਜਨ ਦੇਵ ਜੀ ਤੁਸੀਂ ਸਾਰੀ ਸੰਗਤ ਨੂੰ ਕਿਹਾ ਸੀ ਵੀ ਕਰੋ ਕੀਰਤਨ, ਇਸ ਤਰ੍ਹਾਂ ਸਾਰੀ ਸੰਗਤ ਦੀ ਤੁਸੀਂ ਹਾਜ਼ਰੀ ਕਬੂਲ ਕਰਨੀ। ਕਿਸੇ ਦੇ ਵੀ ਮਨ 'ਚ ਰੋਸ ਸ਼ਿਕਵਾ ਨਾ ਹੋਵੇ ਮੈਨੂੰ ਸੇਵਾ ਨਹੀਂ ਮਿਲੀ, ਤੁਸੀਂ ਤਰਸ ਕਰਨਾ ਸਾਰਿਆਂ ਨੂੰ ਆਪਣੀ ਗੋਦ ਦਾ ਆਨੰਦ ਬਖਸ਼ ਕੇ ਪੂਰਾ ਪੂਰਾ ਲਾਹਾ ਬਖਸ਼ਣਾ। ਗੁਰੂ ਜੀ ਉਹ ਸੱਚੇ ਪਾਤਸ਼ਾਹ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ। ਆਪ ਜੀ ਦੇ ਦਰ 'ਤੇ ਜਿੰਨੀਆਂ ਵੀ ਸੰਗਤਾਂ ਆਈਆਂ ਹਨ ਸਭਨਾਂ ਦੀਆਂ ਮਨੋਭਾਵਨਾ ਤੁਸੀਂ ਜਾਣਦੇ ਹੋ, ਗੁਰਮਤ ਅਨੁਸਾਰ ਸਭਨਾਂ ਦੀਆਂ ਝੋਲੀਆਂ ਭਰਨੀਆਂ। ਗੁਰੂ ਪਿਤਾ ਜੀ ਉਹ ਆਪ ਤਰਸ ਕਰਕੇ ਇਹਨਾਂ ਨੇ ਵਜਣਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਸਭਨਾਂ ਨੂੰ ਨਵਾਜਣਾ ਗੁਰੂ ਪਿਤਾ ਜੀ ਉਹ ਤਰਸ ਕਰੋ ਜੀ ਉਹ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਆਏ, ਕੜਾ ਪ੍ਰਸ਼ਾਦ ਸਾਧਸੰਗ 'ਚ ਵਰਤੇ ਆਪ ਤਰਸ ਕਰਨਾ ਦੱਸ ਰਿਹਾ ਅਤੇ ਰਹਿਮਤ ਕਰਨਾ ਜੀ। ਹਮ ਕੂਕਰ ਤੇਰੇ ਦਰਬਾਰ ਪੌਂਕੈ ਆ ਗਿਆ ਬਦਨ ਪਸਾਰ, ਆਪਣੇ ਦਰਬਾਰ ਦਾ ਕੁੱਤਾ ਬਣਾ ਲਓ ਸੱਚੇ ਪਾਤਸ਼ਾਹ ਨਚੀਰ ਨੂੰ। ਗੁਰੂ ਜੀ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ, ਇਹ ਮੈਂ ਮੈਲ ਦਾ ਭਰਿਆ ਹੋਇਆ ਸੱਚੇ ਪਾਤਸ਼ਾਹ, ਕੂੜੇ ਕਰਕਟ ਦਾ ਭਰਿਆ ਹੋਇਆ ਸਰੀਰ ਹੈ, ਤੁਸੀਂ ਕਿਰਪਾ ਕਰੋ ਆਪਣੇ ਦਰ ਦਾ ਗੁਲਾਮ ਬਣਾ ਕੇ, ਆਪਣੇ ਦਰ ਦਾ ਕੁੱਤਾ ਬਣਾ ਕੇ ਮਹਾਰਾਜ ਜੀ ਆਪਣੀ ਸੇਵਾ ਦੇ ਲਾਇਕ ਬਣਾ ਲਓ। ਅਸੀਂ ਬਾਬਾ ਜ਼ੋਰਾਵਰ ਫਤਿਹ ਸਿੰਘ 'ਤੇ ਨਹੀਂ ਬਣ ਸਕਦੇ, ਅਸੀਂ ਬਾਬਾ ਜੀ ਤੇ ਜਗਜਾਰ ਸਿੰਘ 'ਤੇ ਨਹੀਂ ਬਣ ਸਕਦੇ, ਤੁਸੀਂ ਮਹਾਰਾਜ ਸਾਨੂੰ ਪੁੱਤਰ ਬਣਾਇਆ, ਕਿਰਪਾ ਕਰੋ ਪਟਾ ਪਾ ਕੇ ਰੱਖਣਾ ਗਲ ਵਿੱਚ, ਆਪਣੇ ਅਨੁਸਾਰ ਚਲਾ ਲੈਣਾ ਜਿਵੇਂ ਵੀ ਤੁਹਾਨੂੰ ਪਾਉਂਦਾ ਉਸ ਤਰ੍ਹਾਂ ਚਲਾ ਲੈਣਾ ਜੀ। ਪਿਆਰ ਭਰੀ ਸੀਸ ਬਖਸ਼ੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਦੋਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨੀਓ, ਗੁਰੂ ਗ੍ਰੰਥ ਜੀ ਮਾਨੀਓ, ਜੋ ਪ੍ਰਭ ਕੋ ਮਿਲਵੋ ਚਾਹੇ, ਜੋ ਪ੍ਰਭ ਕੋ ਮਿਲਵੋ ਚਾਹੇ, ਪ੍ਰਭ ਕੋ ਮਿਲਵੋ ਚਾਹੇ, ਰਾਜ ਕਰੇਗਾ ਖਾਲਸਾ ਕੀ, ਖੁਆਰ ਹੋਏ ਸਭ ਮਿਲਣਗੇ,
ਖੁਆਰ ਹੋਏ ਸਭ ਮਿਲਾਂਗੇ। ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਮਰਟਾ ਗਾਂਠ ਨਾ ਜਨਹੀ, ਲੋਕ ਗਠਾਵੈ ਪਨਹੀ। ਆਰ ਨਹੀਂ ਜੈ ਤੋਪੋਂ, ਨਹੀਂ ਰਾਂਬੀ ਠਾਉ ਰੋਪੋਂ। ਲੋਕ ਗੰਠ ਗੰਠ ਖਰਾ ਬਿਗੂਚਾ, ਹੋਂ ਬਿਨ ਗੰਠੇ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹ ਜਮ ਸਿਓ ਨਹੀਂ ਕਾਮਾ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਪਤਿਤ ਪਵਿਤ ਭਏ ਰਾਮ ਕਹਿਤ ਹੀ। ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ। ਏਕਾਦਸ਼ੀ ਬਰਤ ਰਹੇ ਕਾਹੇ ਕੋ ਤੀਰਥ ਜਾਈ। ਭਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ। ਗੁਰਮਤਿ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ। ਭਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ। ਗੁਰਮਤਿ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ। ਹਰ ਸੋ ਹੀਰਾ ਛਾੜ ਕੈ ਕਰੈ ਆਨ ਕੀ ਆਸ, ਤੇ ਨਰਦੋਜਕ ਜਾਹੇਂਗੇ। ਸਤ ਭਾਖੈ ਰਵਿਦਾਸ, ਸੁਕਹੋ ਟਲ ਗੁਰ ਸੇਵੀਐ, ਐਨ ਸੁਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਹੋਵੈ ਸਿਫਤ ਖਸਮ ਦੀ। ਨੂਰ ਅਰਸ਼ੋਂ ਪੁਰਸੋਂ ਝੱਟੀ ਐ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰਨਿਤ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਾਲ ਕਾਲ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਾਲ ਕਾਲ। ਰਹਾਉ ਆਦਿ ਅੰਤ ਦਇਆ
ਜਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸ਼ਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਾਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਾਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ